ਨੀਤੀ ਦੇ ਬਦਲ ਦੇ ਲਈ ਜਿਹੜੀ ਸਪੋਰਟ ਦੇ ਵਿੱਚ ਆਈ ਸੀਗੇ ਸੋ ਇਸ ਲੈਵਲ ਤੇ ਕਦੇ ਸੋਚ ਨਹੀਂ ਸੀਗਾ ਹਾਂ ਲੋਕਾਂ ਦੇ ਵਿੱਚ ਵਿਚਰਦੇ ਰਹੇ ਤੇ ਉਹਨਾਂ ਦੇ ਪਿਆਰ ਸਦਕਾ ਜਾਮ ਆਦਮੀ ਪਾਰਟੀ ਨੇ ਇੱਕ ਜ਼ਿੰਮੇਵਾਰੀ ਦੇ ਕੇ ਜਿਹੜਾ ਲੋਕਾਂ ਦੇ ਵਿੱਚ ਭੇਜਿਆ ਦੇ ਵਿੱਚ ਹੋਰ ਵੀ ਸੱਜਣ ਆਉਣਗੇ ਹੋਰ ਵੀ ਪਿੰਡ ਵਾਸੀ ਹੋਣਗੇ ਥੋੜੇ ਵੱਲੋਂ ਹੀ ਲਾਇਆ ਸੀ ਕਿ ਇਸ ਗੰਦੇ ਸਿਸਟਮ ਦੇ ਕਰਕੇ ਹੀ ਅੱਜ ਨਰਿੰਦਰ ਭਰਾਜ ਰਾਜਨੀਤੀ ਦੇ ਵਿੱਚ ਖੜੀ ਹੈ ਪਰ ਮੈਂ ਆਪਣਾ ਜਿਹੜਾ ਫਰਜ਼ ਸਮਝਦਾ ਹਾਂ ਇੱਕ ਨਾਗਰਿਕ ਹੋਣ ਦੇ ਨਾਤੇ ਜੋ ਮੇਰਾ ਫਰਜ਼ ਸੀ ਮੈਂ ਆਪਣਾ ਜਿਹੜਾ ਬੂਥ ਲਾ ਕੇ ਜਿਹੜਾ ਪਿੰਡ ਦੇ ਵਿੱਚ ਬੈਠੀ ਸੀ ਕਿਹੜੇ ਕਿਹੜੇ ਮੁੱਦੇ ਰਹਿਣਗੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਲੋਕਾਂ ਨੂੰ ਕਹਿ ਰਹੇ ਹੋ ਕਿ ਇਹ ਮੁੱਦਿਆਂ ਤੇ ਅਸੀਂ ਚੋਣ ਲੜਾਂਗੇ ਮੁੱਦੇ ਅੱਜ ਤੱਕ ਜੇ ਮੁੱਦੇ ਬਣਾਉਣ ਲੱਗ ਜਾ ਤਾਂ ਮੈਂ ਰਾਤ ਵੀ ਜਿਹੜੀ ਛੋਟੀ ਪੈ ਜਾਣੀ ਹੈ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਸੰਗਰੂਰ ਬਹੁਤ ਪਛੜਿਆ ਹੋਇਆ ਬਤੌਰ ਇੱਕੋ ਕੈਬਨਿਟ ਮਨਿਸਟਰ ਜਿਹੜੇ ਐਜੂਕੇਸ਼ਨ ਮਨਿਸਟਰ ਨੇ ਵਿਜੇਂਦਰ ਸਿੰਘਲਾ ਪਰ ਐਜੂਕੇਸ਼ਨ ਲੈਵਲ ਤੇ ਜਿਹੜੇ ਦਿਖਾਵੇ ਕੀਤੇ ਜਾ ਰਹੇ ਨੇ ਤੁਸੀਂ ਅੱਜ ਵੀ ਸਕੂਲਾਂ ਦੇ ਵਿੱਚ ਜਾ ਕੇ ਜਿਹੜੀ ਸਟ੍ਰੈਂਥ ਦੇਖ ਸਕਦੇ ਹੋ ਉਨੀਓ ਸਟ੍ਰੈਂਥ ਆ ਕਿਹਾ ਗਿਆ ਵੀ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਰੋਜ਼ਗਾਰ ਦੇ ਸਾਧਨ ਬਦਲ ਦੇ ਦੇਖੋ ਰੋਜ਼ਗਾਰ ਤਾਂ ਇਹਨਾਂ ਨੇ ਘਰ ਘਰ ਨੌਕਰੀ ਕਿਹਾ ਸੀ ਹ ਸੋ ਜਾਂਦੀਵਾਰ ਨੂੰ ਇਹਨਾਂ ਨੇ ਇੱਕ ਲੋਕਾਂ ਦੇ ਵਿੱਚ ਵੜਨ ਦਾ ਜਿਹੜਾ ਰਸਤਾ ਲੱਭਣ ਦੀ ਕੋਸ਼ਿਸ਼ ਕੀਤੀ ਹੈ ਪਰ ਲੋਕ ਜਾਣਦੇ ਨੇ ਕਿ ਜਦੋਂ ਇੰਨੇ ਸਾਲ ਹੋ ਗਏ ਇਹਨਾਂ ਨੂੰ 5 ਸਾਲ ਹੋ ਗਏ ਸੱਤਾ ਦੇ ਵਿੱਚ ਬੈਠੇ ਨੂੰ ਘਰ ਘਰ ਰੋਜ਼ਗਾਰ ਦੀ ਗੱਲ ਕੀਤੀ ਸੀ ਅੱਜ ਤੁਸੀਂ ਉਹ ਨੌਕਰੀਆਂ ਕਿੱਥੇ ਨੇ ਪੰਜਾਬ ਦਾ ਖਾਲੀ ਹੋ ਚੱਲਿਆ ਸੰਗਰੂਰ ਦੀ ਗੱਲ ਕਰੀਏ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨਰਿੰਦਰ ਕੌਰ ਭਰਾਜ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਮਿਲ ਰਹੀ ਹੈ ਸੰਗਰੂਰ ਦੇ ਵਿੱਚ ਕੁਝ ਬਦਲ ਲਿਆ ਸਕੀਏ ਸਾਡੇ ਨਾਲ ਨਰਿੰਦਰ ਕੌਰ ਭਰਾਜ ਮੌਜੂਦ ਹੈ ਗੱਲਬਾਤ ਕਰਦੇ ਆ ਕਿ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਹੈ ਪਰਾਜੀ ਸਭ ਤੋਂ ਪਹਿਲਾਂ ਦੱਸੋ ਕਦੇ ਸੋਚਿਆ ਸੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਤੁਹਾਨੂੰ ਚੁਣਿਆ ਜਾਊਗਾ ਨਹੀਂ ਬਿਲਕੁਲ ਵੀ ਨਹੀਂ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਬਦਲਾਵ ਨੂੰ ਲੈ ਕੇ ਜਿਹੜੀ ਸ਼ੁਰੂਆਤ ਕੀਤੀ ਸੀ ਇੱਕ ਤੀਜੇ ਬਦਲ ਦੇ ਲਈ ਜਿਹੜੀ ਸਪੋਰਟ ਦੇ ਵਿੱਚ ਆਏ ਸੀਗੇ ਸੋ ਇਸ ਲੈਵਲ ਤੇ ਕਦੇ ਸੋਚਿਆ ਨਹੀਂ ਸੀਗਾ ਹਾਂ ਲੋਕਾਂ ਦੇ ਵਿੱਚ ਵਿਚਰਦੇ ਰਹੇ ਤੇ ਉਹਨਾਂ ਦੇ ਪਿਆਰ ਸਦਕਾ ਆਮ ਆਦਮੀ ਪਾਰਟੀ ਨੇ ਇੱਕ ਜ਼ਿੰਮੇਵਾਰੀ ਦੇ ਕੇ ਜਿਹੜਾ ਲੋਕਾਂ ਦੇ ਵਿੱਚ ਭੇਜਿਆ ਤੇ ਬਹੁਤ ਵਧੀਆ ਜਿਹੜਾ ਰਿਸਪਾਂਸ ਮਿਲ ਰਿਹਾ ਕਿਉਂਕਿ ਮੈਂ ਤਾਂ ਪਿਛਲੇ 8 ਸਾਲ ਹੋ ਗਏ ਪਬਲਿਕ ਦੇ ਵਿੱਚ ਜਾ ਰਹੀਆਂ ਤੇ ਉਸੇ ਤਰੀਕੇ ਨਾਲ ਹੁਣ ਫੇਰ ਜਾ ਰਹੀਆਂ ਤੇ ਬਾਕੀ ਫੈਸ ਪਰ ਅੱਜ ਜੀ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਬੂਥ ਤੁਹਾਡੇ ਵੱਲੋਂ ਲਾਇਆ ਗਿਆ ਸੀ ਆਮ ਆਦਮੀ ਪਾਰਟੀ ਦਾ ਜਦ ਕਿ ਪਿੰਡ ਦੇ ਵਿੱਚ ਹੋਰ ਵੀ ਸੱਜਣ ਆਉਣਗੇ ਹੋਰ ਵੀ ਪਿੰਡ ਵਾਸੀ ਹੋਣਗੇ ਤੁਹਾਡੇ ਵੱਲੋਂ ਹੀ ਲਾਇਆ ਗਿਆ ਸੀ ਕਿਉਂ ਇਹ ਤਾਂ ਬੜਾ ਰੌਲਾ ਪਿਆ ਉਸ ਟਾਈਮ ਵੀ ਮੈਨੂੰ ਖੁਦ ਨਹੀਂ ਸੀ ਪਤਾ ਕਿ ਕਦੇ ਕੋਈ ਕੁੜੀ ਜਿਹੜੀ ਪੋਲਿੰਗ ਏਜੰਟ ਨਹੀਂ ਬਣੀ ਹੈਗੀ ਇਸ ਗੰਦੇ ਸਿਸਟਮ ਦੇ ਕਰਕੇ ਹੀ ਅੱਜ ਨਰਿੰਦਰ ਭਰਾਜ ਰਾਜਨੀਤੀ ਦੇ ਵਿੱਚ ਖੜੀ ਐ ਉਸੇ ਗੰਦੇ ਸਿਸਟਮ ਦੇ ਕਰਕੇ ਜਿਹਦੇ ਚ ਅਕਾਲੀ ਦਲ ਦੀ ਸਰਕਾਰ ਸੀਗੀ 2014 ਜੀ ਆਪਾਂ ਗੱਲ ਕਰਦੇ ਆ ਤਾਂ ਉਦੋਂ ਗੁੰਡਾ ਰਾਜ ਸੀਗਾ ਜਿਹੜਾ ਉਹਦੇ ਗੁੰਡਾ ਰਾਜ ਦੇ ਕਰਕੇ ਜਿਹੜੇ ਨੌਜਵਾਨ ਸੀ ਮੇਰੇ ਪਿੰਡ ਦੇ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਉਹ ਅੱਗੇ ਨਹੀਂ ਆਏ ਪਰ ਮੈਂ ਆਪਣਾ ਜਿਹੜਾ ਫਰਜ਼ ਸਮਝਦਾ ਇੱਕ ਨਾਗਰਿਕ ਹੋਣ ਦੇ ਨਾਤੇ ਜੋ ਮੇਰਾ ਫਰਜ਼ ਸੀ ਮੈਂ ਆਪਣਾ ਜਿਹੜਾ ਬੂਥ ਲਾ ਕੇ ਜਿਹੜਾ ਪਿੰਡ ਦੇ ਵਿੱਚ ਬੈਠੀ ਸੀ ਜੇ ਗੱਲ ਸੰਗਰੂਰ ਦੀ ਕਰੀਏ ਸੰਗਰੂਰ ਦੇ ਵਿੱਚ ਤੁਸੀਂ ਚੋਣ ਲੜਨ ਜਾ ਰਹੇ ਹੋ ਕਿਹੜੇ ਕਿਹੜੇ ਮੁੱਦੇ ਰਹਿਣਗੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਲੋਕਾਂ ਨੂੰ ਕਹਿ ਰਹੇ ਹੋ ਕਿ ਇਹ ਮੁੱਦਿਆਂ ਤੇ ਅਸੀਂ ਚੋਣ ਲੜ ਰਹੇ ਹਾਂ ਮੁੱਦੇ ਅੱਜ ਤੱਕ ਜੇ ਮੁੱਦੇ ਗਣਾਉਣ ਲੱਗ ਜਾਂ ਤਾਂ ਮੈਂ ਰਾਤ ਵੀ ਜਿਹੜੀ ਛੋਟੀ ਪੈ ਜਾਣੀ ਆ ਗੱਲ ਇਹ ਆ ਕਿ ਸੰਗਰੂਰ ਦੇ ਵਿੱਚ ਅੱਜ ਕੀਤਾ ਕੀ ਗਿਆ ਸਭ ਤੋਂ ਵੱਡੀ ਦਿੱਕਤ ਆ ਰਹੀ ਹੈ ਸੰਗਰੂਰ ਦੇ ਵਿੱਚ ਦੋ ਚੀਜ਼ਾਂ ਤੇ ਜਿਨ੍ਹਾਂ ਦੇ ਉੱਤੇ ਸਭ ਤੋਂ ਪਹਿਲੇ ਦੇ ਆਧਾਰਿਤ ਜਿਹੜਾ ਕੰਮ ਕਰਨ ਦੀ ਲੋੜ ਆ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਸੰਗਰੂਰ ਬਹੁਤ ਪਛੜਿਆ ਹੋਇਆ ਆ ਬਤੌਰ ਇਥੋਂ ਕੈਬਨਿਟ ਮਨਿਸਟਰ ਜਿਹੜੇ ਐਜੂਕੇਸ਼ਨ ਮਨਿਸਟਰ ਰਹੇ ਨੇ ਵਿਜੇਂਦਰ ਸਿੰਘਲਾ ਪਰ ਐਜੂਕੇਸ਼ਨ ਲੈਵਲ ਤੇ ਜਿਹੜੇ ਦਿਖਾਵੇ ਕੀਤੇ ਜਾ ਰਹੇ ਨੇ ਤੁਸੀਂ ਅੱਜ ਵੀ ਸਕੂਲਾਂ ਦੇ ਵਿੱਚ ਜਾ ਕੇ ਜਿਹੜੀ ਸਟ੍ਰੈਂਥ ਦੇਖ ਸਕਦੇ ਹੋ ਉਨੀਓ ਸਟ੍ਰੈਂਥ ਆ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਨੂੰ ਮਿਲ ਸਕਦੇ ਹੋ ਜਿਹੜੇ ਮਜਬੂਰੀ ਦੇ ਵਿੱਚ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜਾ ਰਹੇ ਨੇ ਸੋ ਐਜੂਕੇਸ਼ਨ ਲੈਵਲ ਤੇ ਬਹੁਤ ਵੱਡੇ ਲੈਵਲ ਤੇ ਜਿਹੜਾ ਕੰਮ ਕਰਨ ਦੀ ਜ਼ਰੂਰਤ ਆ ਦੂਸਰੇ ਨੰਬਰ ਤੇ ਜਿਹੜੀ ਹੈਲਥ ਨੂੰ ਲੈ ਕੇ ਅੱਜ ਸੰਗਰੂਰ ਦੇ ਵਿੱਚ ਜਿਹੜੀਆਂ ਸਹੂਲਤਾਂ ਨਹੀਂ ਹੈਗੀਆਂ ਸੋ ਲੋਕੀ ਨੇ ਜਿਹੜੇ ਆਪਣੇ ਇਲਾਜ ਕਰਾਉਣ ਕੋ ਨਹੀਂ ਅਸਮਰੱਥ ਨੇ ਸੋ ਉਹਨਾਂ ਦੇ ਵਿੱਚ ਤੀਜੀ ਜਿਹੜੀ ਸਭ ਤੋਂ ਵੱਡੀ ਗੱਲ ਆ ਸੰਗਰੂਰ ਨੂੰ ਜਿਹੜਾ ਕਰਪਸ਼ਨ ਫ੍ਰੀ ਕਰਨਾ ਜਿਹੜਾ ਸਾਡਾ ਮੇਨ ਮਕਸਦ ਹੈ ਜੇ ਆਪਾਂ ਰੋਜ਼ਗਾਰ ਦੀ ਗੱਲ ਕਰੀਏ ਤਾਂ ਇੱਕ ਸਿਮਿੰਟ ਫੈਕਟਰੀ ਦਾ ਉਦਘਾਟਨ ਵੀ ਕੀਤਾ ਗਿਆ ਪਿੱਛੇ ਜੇ ਕਿਹਾ ਗਿਆ ਵੀ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਰੋਜ਼ਗਾਰ ਦੇ ਸਾਧਨ ਵਧਣਗੇ ਦੇਖੋ ਰੋਜ਼ਗਾਰ ਤਾਂ ਇਹਨਾਂ ਨੇ ਘਰ ਘਰ ਨੌਕਰੀ ਗਿਆ ਸੀ ਹੁਣ ਨੌਕਰੀਆਂ ਮਿਲ ਗਈਆਂ ਸੋ ਜਾਂਦੀ ਵਾਰ ਨੂੰ ਇਹਨਾਂ ਨੇ ਇੱਕ ਲੋਕਾਂ ਦੇ ਵਿੱਚ ਵੜਨ ਦਾ ਜਿਹੜਾ ਰਸਤਾ ਲੱਭਣ ਦੀ ਕੋਸ਼ਿਸ਼ ਕੀਤੀ ਪਰ ਲੋਕ ਜਾਣਦੇ ਨੇ ਕਿ ਜਦੋਂ ਇੰਨੇ ਸਾਲ ਹੋ ਗਏ ਇਹਨਾਂ ਨੂੰ 5 ਸਾਲ ਹੋ ਗਏ ਸੱਤਾ ਦੇ ਵਿੱਚ ਬੈਠੇ ਨੂੰ ਘਰ ਘਰ ਰੋਜ਼ਗਾਰ ਦੀ ਗੱਲ ਕੀਤੀ ਸੀ ਅੱਜ ਤੁਸੀਂ ਉਹ ਨੌਕਰੀਆਂ ਕਿੱਥੇ ਨੇ ਪੰਜਾਬ ਤਾਂ ਖਾਲੀ ਹੋ ਚੱਲਿਆ ਸੋ ਹੁਣ ਤਾਂ ਇਹ ਆਪਣੇ ਆਪ ਮੰਨ ਗਏ ਨੇ ਆਪਣੇ ਆਪ ਇਹ ਗੱਲ ਕਹਿ ਚੁੱਕੇ ਨੇ ਕਿ ਅਸੀਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਆਇਲਟਸ ਫ੍ਰੀ ਕਰਾਵਾਂਗੇ ਤੇ ਇਥੋਂ ਬਾਹਰ ਭੇਜਾਂਗੇ ਇਹਦਾ ਮਤਲਬ ਇਹ ਖੁਦ ਇਸ ਚੀਜ਼ ਨੂੰ ਐਕਸੈਪਟ ਕਰ ਗਏ ਕਿ ਅਸੀਂ ਵਾਅਦੇ ਕਰ ਲੈ ਜੀ ਭਰਾਜ ਆਪਣੀ ਟੱਕਰ ਸੰਗਰੂਰ ਦੇ ਵਿੱਚ ਕਿਹਦੇ ਨਾਲ ਮੰਦੀ ਆ ਦੇਖੋ ਮੈਂ ਪਬਲਿਕ ਦੇ ਵਿੱਚ ਵਿਚਰਦੀ ਆਈਆਂ ਜਿੰਨੇ ਸੰਗਰੂਰ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਮੁੱਦਿਆਂ ਤੇ ਮੈਂ ਬੋਲਦੀ ਆਈਆਂ ਅੱਜ ਵੀ ਬੋਲ ਰਹੀਆਂ ਤੇ ਬੋਲਦੀ ਰਹੂੰਗੀ ਸੋ ਮੈਂ ਲੋਕਾਂ ਦੇ ਲਈ ਲੜ ਰਹੀਆਂ ਤੇ ਲੜਦੀ ਰਹੂੰਗੀ ਇਹ ਲੜਾਈ ਆ ਜਿਹੜੀ ਇਹ ਨਰਿੰਦਰ ਭਰਾ ਦੀ ਲੜਾਈ ਨਹੀਂ ਹੈਗੀ ਇਹ ਲੋਕਾਂ ਦੀ ਲੜਾਈ ਆ ਇਹਨੂੰ ਲੋਕ ਤੈਅ ਕਰਨਗੇ ਕਿ ਉਹਨਾਂ ਦੀ ਟੱਕਰ ਕਿਸ ਦੇ ਨਾਲ ਆ ਤੇ ਫੈਸਲਾ ਲੋ ਬਿਲਕੁਲ ਜਿਹੜਾ ਚੋਣ ਕਮਿਸ਼ਨ ਦੇ ਜਿਹੜੀਆਂ ਹਦਾਇਤਾਂ ਨੇ ਉਸ ਨੂੰ ਪਾਲਣਾਂ ਦੇ ਵਿੱਚ ਰੱਖਦੇ ਹੋਏ ਸੀ ਆਪਣਾ ਜਿਹੜਾ ਡੋਰ ਟੂ ਡੋਰ ਦਾ ਜਿਹੜਾ ਰਸਤਾ ਜਿਹੜਾ ਹਰ ਘਰ ਦੇ ਵਿੱਚ ਅਸੀਂ ਜਾ ਰਹੇ ਹਾਂ ਤੇ ਆਪਣੀ ਆਵਾਜ਼ ਆ ਜਿਹੜਾ ਪਾਰਟੀ ਦੀ ਜਿਹੜਾ ਮੈਨੀਫੈਸਟੋ ਉਹਨਾਂ ਨੂੰ ਲੋਕਾਂ ਤੱਕ ਪਹੁੰਚਦਾ ਕਰਾਂਗੇ ਸੰਗਰੂਰ ਦੇ ਵਿੱਚ ਜਾ ਰਹੇ ਹਾਂ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਲੋਕਾਂ ਦਾ ਕਿੰਨਾ ਖੁੰਗਾਰਾ ਮਿਲ ਰਿਹਾ ਹੈ ਲੋਕੀ ਬਦਲਾਵ ਚਾਹੁੰਦੇ ਆ ਮਨ ਬਣਾਇਆ ਹੋਇਆ ਤੇ ਅੱਜ ਪਤਾ ਚੱਲਦਾ ਕਿ ਜਦੋਂ ਅਸੀਂ ਲੋਕਾਂ ਦੇ ਵਿੱਚ ਜਾਂਦੇ ਆ ਤਾਂ ਖੁਦ ਹਰ ਵਰਗ ਦੇ ਲੋਕ ਨੇ ਜਿਵੇਂ ਕਿ ਆਮ ਆਦਮੀ ਪਾਰਟੀ ਵੱਲੋਂ ਅਰਵਿੰਦ ਕੇਜਰੀਵਾਲ ਜੀ ਨੇ ਗਰੰਟੀਆਂ ਦਿੱਤੀਆਂ ਨੇ ਤਾਂ ਜਿਹੜੇ ਵਰਗ ਅਜੇ ਰਹਿੰਦੇ ਨੇ ਦੇਣੀਆਂ ਨੇ ਤਾਂ ਉਹ ਲੋਕ ਆਪਣੇ ਆਪ ਮੰਗ ਰਹੇ ਨੇ ਕਿ ਸਾਡੇ ਲਈ ਵੀ ਗਰੰਟੀ ਦੋ ਸੋ ਉੱਥੋਂ ਸਾਫ਼ ਜਾਇਰ ਹੁੰਦਾ ਕਿ ਲੋਕ ਇੱਕ ਬਦਲਾਅ ਦੇ ਲਈ ਜਿਹੜਾ ਤਿਆਰ ਬੈਠੇ ਨੇ ਕੇਜਰੀਵਾਲ ਜੀ ਵੱਲੋਂ ਔਰਤਾ ਲਈ ਵੀ ਗਰੰਟੀਆਂ ਦਿੱਤੀ ਗਈ ਨੇ ਕਿ ਉਹ ਪੂਰੀਆਂ ਹੋਣਗੀਆਂ ਬਿਲਕੁਲ ਹੋਣਗੀਆਂ ਅਰਵਿੰਦ ਕੇਜਰੀਵਾਲ ਪੂਰੇ ਹਿੰਦੁਸਤਾਨ ਦੇ ਵਿੱਚ ਉਹ ਲੀਡਰ ਹੈ ਜੀਨੇ ਕਹਿ ਕੇ ਵੋਟਾਂ ਲਈਆਂ ਸੀ ਕਿ ਜੇ ਮੈਂ ਕੁਝ ਕੀਤਾ ਤਾਂ ਮੈਨੂੰ ਵੋਟ ਪਾਇਓ ਨਹੀਂ ਮੈਨੂੰ ਵੋਟ ਨਾ ਪਾਇਓ ਇਹ ਗੱਲ ਕਹਿ ਕੇ ਤੀਜੀ ਵਾਰ ਸਰਕਾਰ ਬਣਾਉਣੀ ਬਹੁਤ ਵੱਡੀ ਗੱਲ ਹੈ ਸੋ ਲੋਕਾਂ ਨੂੰ ਵਿਸ਼ਵਾਸ ਹੈ ਕਿ ਦਿੱਲੀ ਦੇ ਵਿੱਚ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਤੇ ਪੰਜਾਬ ਦੇ ਵਿੱਚ ਲੋਕ ਮੌਕਾ ਦਿੰਦੇ ਨੇ ਤਾਂ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਜਿਸੀਂ ਮੰਗ ਰਹੇ ਹਾਂ ਦੂਜਾ ਮੌਕਾ ਸਾਨੂੰ ਲੋਕ ਆਪਣੇ ਆਪ ਦੇਣਗੇ ਕਹਿਣ ਦਾ ਮਤਲਬ ਜੋ ਦਿੱਲੀ ਮਾਡਲ ਹੈ ਉਹ ਤੁਸੀਂ ਪੰਜਾਬ ਵਿੱਚ ਲਿਆਉਣਾ ਚਾਹੁੰਦੇ ਹੋ ਬਿਲਕੁਲ ਦੇਖੋ ਐਜ਼ ਅ ਹਿਊਮਨ ਬੀਇੰਗ ਸਾਨੂੰ ਜਿਹੜੀਆਂ ਚੀਜ਼ਾਂ ਦੀ ਮੇਨ ਜ਼ਰੂਰਤ ਆ ਸਾਡੇ ਲਈ ਬਿਜਲੀ ਪਾਣੀ ਪੜ੍ਹਾਈ ਇਲਾਜ ਇਹ ਦਿੱਲੀ ਦੇ ਲੋਕਾਂ ਨੂੰ ਵੀ ਚਾਹੀਦਾ ਤੇ ਪੰਜਾਬ ਦੇ ਵਿੱਚ ਵੀ ਚਾਹੀਦਾ ਅੱਜ ਦਿੱਲੀ ਦੇ ਵਿੱਚ ਉਹ ਆਮ ਲੋਕ ਨੇ ਜਿਹੜੇ ਆਮ ਲੋਕ ਨੇ ਉਹ ਅੱਜ ਖੁਸ਼ ਨੇ ਉਹਨਾਂ ਨੂੰ ਸਰਕਾਰ ਸਾਰਾ ਕੁਝ ਉਹਨਾਂ ਦੇ ਲਈ ਸਹੂਲਤ ਜਿਹੜੀ ਦੇ ਰਹੀ ਆ ਪੰਜਾਬ ਦੇ ਵਿੱਚ ਅੱਜ ਜਿਹੜੇ ਆਮ ਲੋਕਾਂ ਦਾ ਜਿਹੜਾ ਹਾਲ ਆ ਬਿਜਲੀ ਨੇ ਅੱਜ ਚੀਕਾ ਘੜਾ ਰੱਖਿਆ ਨੇ ਜਿੱਡੇ ਜਿਹੜੇ ਬਿੱਲ ਆਉਂਦੇ ਨੇ ਪਾਣੀ ਆ ਜਿਹੜਾ ਤੁਸੀਂ ਦੇਖ ਲਓ ਕਿ ਪਾਣੀ ਦਾ ਲੈਵਲ ਥੱਲੇ ਨੂੰ ਜਾ ਰਿਹਾ ਤੇ ਜਿਹੜਾ ਪੀਣ ਯੋਗ ਪਾਣੀ ਸਾਨੂੰ ਨਹੀਂ ਮਿਲ ਰਿਹਾ ਐਜੂਕੇਸ਼ਨ ਵੱਡਾ ਮੁੱਦਾ ਜਿਹੜਾ ਬਣ ਕੇ ਆਇਆ। ਹਾਜਰ ਨੂੰ ਕਿੰਨੀਆਂ ਕਿ ਦਿੱਕਤਾਂ ਆਈਆਂ ਨੇ ਇਸ ਰਾਜਨੀਤੀ ਦੇ ਵਿੱਚ? 8 ਸਾਲ ਦੇ ਕਰੀਬ ਤੁਹਾਨੂੰ ਹੋ ਚੱਲੇ ਨੇ। ਐਮਐਲਏ ਦੀ ਟਿਕਟ ਤੁਹਾਨੂੰ ਮਿਲ ਚੁੱਕੀ ਹੈ। ਕਿੰਨੀਆਂ ਦਿੱਕਤਾਂ ਤੇ ਪਰੇਸ਼ਾਨੀਆਂ ਤੁਹਾਨੂੰ ਲੱਗ ਰਹੀਆਂ ਨੇ? ਮੈਂ ਬਿਲਕੁਲ ਇੱਕ ਆਮ ਘਰ ਦੀ ਧੀ ਹਾਂ। ਇੱਕ ਨਾਰਮਲ ਫੈਮਿਲੀ ਤੋਂ ਜਿਹੜੀ ਬਿਲੋਂਗ ਕਰਦੀ ਹਾਂ। ਅਹ ਦਿੱਕਤਾਂ ਕੋਈ ਨਹੀਂ ਕਿਉਂਕਿ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਮਿਲਿਆ ਤੇ ਮੈਨੂੰ ਕਦੇ ਕਿਸੇ ਚੀਜ਼ ਦਾ ਜਿਹੜਾ ਅਹਿਸਾਸ ਨਹੀਂ ਹੁੰਦਾ ਤਾਂ ਕੋਈ ਚੀਜ਼ ਮਹਿਸੂਸ ਨਹੀਂ ਹੋਈ ਕਿ ਕਿਤੇ ਕੋਈ ਦਿੱਕਤ ਆ ਸੋ ਬਹੁਤ ਸਾਰੇ ਭਰਾ ਨੇ ਸਾਡੇ ਵਲੰਟੀਅਰ ਸਾਥੀ ਨੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹੋ ਉਮੀਦ ਕਰਦੀਆਂ ਕਿ ਸੰਗਰੂਰ ਦੀ ਧੀ ਹੋਣ ਦੇ ਨਾਤੇ ਮੈਂ ਸੰਗਰੂਰ ਦੇ ਹਰ ਮੁੱਦੇ ਦੇ ਉੱਤੇ ਬੇਬਾਕੀ ਦੇ ਨਾਲ ਬੋਲਦੀ ਰਹੀ ਹਾਂ ਤੇ ਇਹੀ ਉਮੀਦ ਕਰਦੀ ਹਾਂ ਕਿ ਸੰਗਰੂਰ ਦੀ ਜਿਹੜੀ ਆਵਾਜ਼ ਜਿਵੇਂ ਹੁਣ ਤੱਕ ਬੁਲੰਦ ਕੀਤੀ ਆ ਤਾਂ ਸੰਗਰੂਰ ਦੇ ਲੋਕ ਵਿਧਾਨ ਸਭਾ ਤੱਕ ਜਿਹੜੀ ਸੰਗਰੂਰ ਦੀ ਆਵਾਜ਼ ਪਹੁੰਚਾਉਣ ਦੇ ਲਈ ਇੱਕ ਮੌਕਾ ਜਿਹੜਾ ਆਪ ਦੀ ਤ ਅਹਿਲੀ ਪਾਰਟੀ ਹੈ ਜਿਹੜੀ ਡੋਰ ਟੂ ਡੋਰ ਜਾ ਕੇ ਪ੍ਰਚਾਰ ਕਰਦੀ ਹੈ ਤੇ ਅੱਜ ਦੂਜੀਆਂ ਪਾਰਟੀਆਂ ਨੂੰ ਮਜਬੂਰ ਕੀਤਾ ਹੋਇਆ ਅੱਜ ਉਹ ਡੋਰ ਟੂ ਡੋਰ ਜਾਣ ਲਈ ਅਮਿਤ ਸ਼ਾਹ ਵਰਗੇ ਦਿੱਲੀ ਦੇ ਵਿੱਚ ਡੋਰ ਟੂ ਡੋਰ ਕਰਕੇ ਇਹਨਾਂ ਆਮ ਆਦਮੀ ਪਾਰਟੀ ਨਹੀਂ ਡਰਦੀ ਹੈਗੀ ਸਾਡੀ ਅਸੀਂ ਹਰ ਘਰ ਦੇ ਵਿੱਚ ਸਾਡਾ ਸਵਾਗਤ ਹੁੰਦਾ ਲੋਕਾਂ ਦਾ ਪਿਆਰ ਮਿਲਦਾ ਤਾਂ ਡੋਰ ਟੂ ਡੋਰ ਕਰਾਂਗੇ ਕੋਈ ਦਿੱਕਤ ਨਹੀਂ ਇਹ ਸਾਡੇ ਨਾਲ ਸੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਨਰਿੰਦਰ ਕੋਰਪਰਾ ਅੱਜ ਹੈ ਡੋਰ ਟੂ ਡੋਰ ਕੈਂਪੇਨ ਚੱਲ ਰਹੀ ਹੈ ਲੇਕਿਨ ਇਹ ਆਣ ਵਾਲਾ ਸਮਾ ਦੱਸੇਗਾ ਕਿ ਸੰਗਰੂਰ ਦੇ ਲੋਕ ਕਿਹੜੀ ਪਾਰਟੀ ਦੇ ਸਿਰ ਜਿੱਤ ਦਾ ਸੇਰਾ ਬੰਦੇ ਨੇ ਸੰਗਰੂਰ ਤੋਂ ਟੋਨੀ ਸ਼ਰਮਾ ਫ